ਹਾਂਜੀ, ਮੇਰੇ ਹਸਬੈਂਡ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਸੀ ਬੈਂਕੋਂਗ। ਫਿਰ ਉਹ 10-15 ਦਿਨ ਉੱਥੇ ਰੁਕੇ ਆ। 12 ਜਨਵਰੀ ਨੂੰ ਉਹਨਾਂ ਨੇ ਅੱਗੇ ਫਲਾਈਟ ਲਈ ਸੀ ਰਸ਼ੀਆ ਦੀ। ਉਹਨਾਂ ਨੇ ਜਾ ਕੇ ਉੱਥੇ ਰਸ਼ੀਅਨ ਆਰਮੀ ਜੁਆਇਨ ਕੀਤੀ ਸੀ। ਹਾਂਜੀ, 2 ਮਹੀਨੇ ਕੰਟੀਨਿਊਸਲੀ ਵਧੀਆ ਤਰੀਕੇ ਨਾਲ ਗੱਲਬਾਤ ਹੁੰਦੀ ਰਹੀ ਹੈ। 3 ਮਾਰਚ ਨੂੰ ਲਾਸਟ ਗੱਲ ਹੋਈ ਸਾਡੀ। ਉਹਨਾਂ ਨੇ ਬੋਲਿਆ ਸੀ ਕਿ ਹੋ ਸਕਦਾ ਕਿਸੇ ਥੋੜ੍ਹਾ ਟਾਈਮ ਫੋਨ ਨਾ ਲੱਗੇ, ਬਟ 3 ਮਾਰਚ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਨਾਂ ਦੀ। ਫਿਰ ਮੈਂ ਉਹਨਾਂ ਦੇ ਫਰੈਂਡਸ 'ਚ ਅੱਗੇ ਮੈਸੇਜ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਇੱਦਾਂ ਤੇਜ਼ਪਾਲ ਘਰ ਫੋਨ ਨਹੀਂ ਕਰਦੇ, 1.5-2 ਮਹੀਨੇ ਹੋ ਚੁੱਕਿਆ। ਫਿਰ ਉਹਨਾਂ ਨੇ ਪਾਸਪੋਰਟ ਦੀ ਕਾਪੀ ਮੰਗੀ ਸੀ, ਪਾਸਪੋਰਟ ਦੀ ਕਾਪੀ ਮੈਂ ਉਹਨਾਂ ਨੂੰ ਭੇਜੀ। ਫਿਰ ਉਹਨਾਂ ਨੇ ਇਹ ਚੀਜ਼ ਕਨਫਰਮ ਕਰਵਾਈ ਸੀ ਕਿ ਤੇਜ਼ਪਾਲ, ਮਤਲਬ ਉਹਨਾਂ ਦੀ ਮਾਰਚ ਦੇ ਵਿੱਚ ਹੀ ਡੈਥ ਹੋ ਚੁੱਕੀ ਸੀ, ਇਸ ਕਰਕੇ ਤੁਹਾਨੂੰ ਕੋਂਟੈਕਟ ਨਹੀਂ ਕਰਦੇ। ਫਿਰ ਅੰਬੈਸੀ ਦੇ ਨਾਲ ਮੈਂ ਕੋਂਟੈਕਟ ਕੀਤਾ, ਉਹਨਾਂ ਨੇ ਵੀ ਇਹ ਚੀਜ਼ ਕਨਫਰਮ ਕੀਤੀ ਕਿ ਇਹਨਾਂ ਨੂੰ ਸਪੈਸ਼ਲ ਓਪਰੇਸ਼ਨ 'ਤੇ ਭੇਜਿਆ ਗਿਆ ਸੀ ਅਤੇ ਉੱਥੇ ਉਹਨਾਂ ਵਿੱਚ ਤੇਜ਼ਪਾਲ ਵੀ ਸੀ। ਅਤੇ ਹੁਣ ਤੁਹਾਡੀ ਮੰਗ ਜਿਸ ਤਰ੍ਹਾਂ 12 ਮਾਰਚ ਨੂੰ ਮਤਲਬ ਐਕਸਪਾਇਰ ਹੋ ਗਏ ਸੀਗੇ ਅਤੇ ਅੱਜ 1 ਜੁਲਾਈ ਹੋ ਚੁੱਕਾ ਹੈ, ਅਤੇ ਤੁਹਾਡੀ ਲਗਾਤਾਰ ਸਰਕਾਰ ਦੇ ਨਾਲ ਵੀ ਗੱਲਬਾਤ ਹੋ ਰਹੀ ਹੈ, ਅਤੇ ਹੁਣ ਲੇਟੈਸਟ ਅਪਡੇਟ ਕੀ ਹੈਗੇ ਇਸ ਮਾਮਲੇ 'ਤੇ? ਹੁਣ ਤੁਹਾਡੀ ਮੰਗ ਸੀਗੀ ਜਿਹੜਾ ਪਾਰਥਿਵ ਸਰੀਰ ਆ ਉਹ ਭਾਰਤ ਲੈ ਗਏ, ਹੁਣ ਲੇਟੈਸਟ ਅਪਡੇਟ ਕੀ ਇਸ ਬਾਰੇ ਮਾਮਲੇ? ਹਾਂਜੀ, ਅਸੀਂ ਬੋਡੀ ਕਲੇਮ ਦਾ ਮਤਲਬ ਕੀਤਾ ਹੋਇਆ ਸੀ ਪ੍ਰੋਸੈਸ ਜਿਹੜਾ, ਅਤੇ ਹੁਣ DNA ਦੀ ਰਿਪੋਰਟ ਮੰਗ ਰਹੇ ਹਾਂ। ਉਹ ਤੇਜਪਾਲ ਦੇ ਮਦਰ ਦੀ DNA ਦੀ ਰਿਪੋਰਟ ਉਹਨਾਂ ਡਿਮਾਂਡ ਕੀਤੀ 5 ਦਿਨ ਪਹਿਲਾਂ। ਉਹਦਾ ਪ੍ਰੋਸੈਸ ਸਟਾਰਟ ਨਹੀਂ ਹੋਇਆ ਅਜੇ, ਫਾਈਲ ਵਗੈਰਾ ਸਬਮਿਟ ਹੋ ਗਈ ਹੈ, ਦੇਖਦੇ ਹਾਂ। ਮੰਡੇ ਨੂੰ ਬੁਲਾਇਆ DC ਆਫਿਸ ਦੇ ਵਿੱਚ 11 ਵਜੇ। ਡਾਕੂਮੈਂਟ ਲੈ ਗਏ, ਕੀ ਪ੍ਰੋਸੈਸ ਹੋਇਆ ਸ਼ੁਰੂ? ਹਾਂਜੀ, ਡਾਕੂਮੈਂਟਸ ਲੈ ਗਏ, ਐਪਲੀਕੇਸ਼ਨ ਲੈ ਗਈ। ਫੋਨ ਲੈ ਗਏ ਇੱਥੋਂ ਲੋਕਲ ਸਦਰ ਜਿਹੜਾ ਸਾਨੂੰ ਲੋਕਲ ਪੁਲਿਸ ਸਟੇਸ਼ਨ ਲੱਗਦਾ ਉੱਥੋਂ ਆਏ ਸੀ ਕੱਲ੍ਹ ਸ਼ਾਮ ਨੂੰ। ਸਰਕਾਰ ਦੇ ਅਤੇ ਸਾਡੀ ਮਤਲਬ MP ਆਫਿਸ ਦੇ ਵਿੱਚ ਹੀ, ਔਜਲਾ ਸਰ ਦੇ ਆਫਿਸ 'ਚ ਹੀ ਗੱਲਬਾਤ ਚੱਲ ਰਹੀ ਆ। ਜੋ ਵੀ ਪ੍ਰੋਸੈਸ ਚੱਲਦਾ ਪਿਆ ਉਹ ਵੀ ਕਰ ਰਹੇ ਆਪਣੇ ਵੱਲੋਂ ਐਫਰਟ ਜੋ ਉਹ ਕਰ ਸਕਦੇ ਆ। ਤੁਸੀਂ ਆਪਣੇ ਬਿਹਾਫ 'ਤੇ ਵੀ ਡੇਲੀ ਅੰਬੈਸੀ ਦੇ ਨਾਲ ਗੱਲਬਾਤ ਹੁੰਦੀ, ਹੋਰ ਕਿਸੇ ਨਾਲ ਮੇਰੀ ਕੋਈ ਗੱਲ? ਤੁਹਾਡੀ ਸੰਤੁਸ਼ਟੀ ਹੈ? ਤੁਸੀਂ ਸੰਤੁਸ਼ਟ ਹੋ ਸਾਰੇ ਕੰਮਾਂ ਤੋਂ? ਜੋ ਸ਼ਵਾਸਨ, ਕਿਉਂਕਿ ਚਲੋ ਜਿਹੜਾ ਘਾਟਾ ਪਿਆ ਉਹ ਤਾਂ ਪੂਰਾ ਨਹੀਂ ਹੋਊਗਾ, ਪਰ ਜਿਹੜਾ ਸਰੀਰ ਆਮ ਪਾਰਟੀ ਉਹ ਹੁਣ ਕਹਿੰਦੇ ਆ ਸਕਦਾ। ਹਾਂਜੀ, ਮੈਂ ਇਹ ਮੰਗ ਕਰਦੀ ਹਾਂ ਕਿ ਜਲਦੀ ਤੋਂ ਜਲਦੀ ਜੋ ਸਾਡੀ ਹੈਲਪ ਹੋ ਸਕਦੀ ਕੀਤੀ ਜਾਵੇ ਕਿ ਉਹਨਾਂ ਦੀ ਡੈਡ ਬੋਡੀ ਇੰਡੀਆ ਆ ਜਾਵੇ। ਮੈਂ ਇਹ ਮੰਗ ਕਰਦੀ ਸਰਕਾਰ ਤੋਂ। DNA ਕਿੱਦਾਂ ਹੋਏਗਾ, ਕਿੱਦਾਂ ਕਿਹਾ ਇਹਨਾਂ ਦੇ ਤੇਜਪਾਲ ਦੀ ਮਦਦ ਆ, ਉਹਨਾਂ ਦੀ ਮਦਦ? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਰਸ਼ੀਅਨ ਜੋ ਆਰਮੀ ਆ ਅੰਬੈਸੀ ਨੇ DNA ਟੈਸਟ ਮੰਗਿਆ ਹੈ। ਸਰਕਾਰ ਕੋਲ ਇਹੋ ਹੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੀ DNA ਟੈਸਟ 'ਚ ਮਦਦ ਕਰਨ ਅਤੇ DNA ਟੈਸਟ ਦੀ ਰਿਪੋਰਟ ਹੋ ਜਾਵੇ ਅਤੇ ਉਹਨਾਂ ਨੂੰ ਭੇਜੀ ਜਾਵੇ ਅਤੇ ਜਲਦੀ ਤੋਂ ਜਲਦੀ ਬੋਡੀ ਕਲੀਅਰ ਹੋ ਜਾਵੇ। ਹਾਂਜੀ, ਇਹੋ ਮੰਗ। ਕੀ ਡਾਕੂਮੈਂਟ ਤੁਹਾਡੇ ਕੋਲ ਲੈ ਕੇ ਗਏ? ਕਾਰਵਾਈ ਸ਼ੁਰੂ ਹੋ ਚੁੱਕੀ ਹੈ ਇਸ ਪੂਰੇ ਬਾਬਤ? ਕਾਰਵਾਈ ਹਾਂਜੀ, ਕੱਲ੍ਹ ਸਦਰ ਥਾਣੇ ਤੋਂ ਸਾਡੇ ਲਾਗੇ ਜਿਹੜਾ ਉਹਨਾਂ ਨੇ ਲੈ ਗਏ ਕਾਗਜ਼ ਕੁਗਜ਼ ਸਾਰੇ ਲੈ ਗਏ ਅਤੇ ਸੋਮਵਾਰ ਤੋਂ ਚਾਲੂ ਹੋਏਗਾ। ਸੋਮਵਾਰ DC ਆਫਿਸ ਜਾਣਾ। ਹਾਂਜੀ ਠੀਕ, ਅਤੇ ਲੱਗਦਾ ਹੁਣ ਥੋੜ੍ਹਾ ਸੰਤੁਸ਼ਟੀ ਹੋ, ਕਿਉਂਕਿ ਚਲੋ ਘਾਟਾ ਜਿਹੜਾ ਉਹ ਤਾਂ ਪੂਰਾ ਨਹੀਂ ਹੋ ਸਕਦਾ, ਪਰ ਹੁਣ ਜਿਹੜਾ ਸਰੀਰ ਆ ਉਹ ਕਹਿੰਦਾ ਉਮੀਦਾਂ ਜਿਤਾਈਆਂ ਗਈਆਂ ਕਿ ਆ ਸਕਦਾ। ਹਾਂਜੀ, ਇਹ ਤਾਂ ਅਸੀਂ ਉਮੀਦ ਆਉਂਦੇ ਹਾਂ ਕਿ ਚੱਲ ਉਹਦਾ ਜਿਹੜੀ ਮਿੱਤਰਕ ਦੇਹ ਆ ਘਰ ਆ ਸਕੇ, ਸਾਰੇ ਉਹਦੀ ਜਿਹੜੀ ਜੋ ਵੀ ਰਸਮਾਂ ਆ ਅਸੀਂ ਪੂਰੀਆਂ ਕਰ ਸਕੀਏ, ਉਹਦੀ ਆਖਰੀ ਜਿਹੜਾ ਚਿਹਰਾ ਅਸੀਂ ਵੇਖ ਸਕੀਏ। ਹਾਂਜੀ, ਇਹੋ ਮੰਗਦੇ ਸਰਕਾਰ। ਠੀਕ।